ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੁਆਰਾ ਉਹਨਾਂ ਦੇ ਨਸ਼ਾ ਛੁਡਾਓ ਕੇਂਦਰਾਂ ਦੇ ਜ਼ਰੀਏ ਇੱਕ ਦਵਾਈ ਕੰਪਨੀ ਨੂੰ ਫਾਇਦਾ ਪਹੁੰਚਾਉਣ ਸੰਬੰਧੀ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਬੈਂਸ ਨੂੰ 15 ਦਿਨਾਂ ਦੇ ਅੰਦਰ ਅੰਦਰ ਇਹਨਾਂ ਦੋਸ਼ਾਂ ਨੂੰ ਸਾਬਿਤ ਕਰਨ ਜਾਂ ਫਿਰ ਮਾਨਹਾਨੀ ਦੇ ਮਾਮਲੇ ਦਾ ਸਾਹਮਣਾ ਕਰਨ ਦੀ ਗੱਲ ਕੀਤੀ ਹੈ। ਗੌਰਤਲਬ ਹੈ ਕਿ ਬੈਂਸ ਨੇ ਬ੍ਰਹਮ ਮਹਿੰਦਰਾ ਤੇ ਨਸ਼ਾ ਛੁਡਾਓ ਕੇਂਦਰਾਂ ਦੇ ਰਾਹੀਂ ਆਪਣੇ ਇੱਕ ਦਵਾਈ ਕੰਪਨੀ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਬੈਂਸ ਨੇ ਇਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਵੀ ਲਿਖੀ ਸੀ ਜਿਸ ਵਿੱਚ ਬ੍ਰਹਮ ਮਹਿੰਦਰਾ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਬੈਂਸ ਨੇ ਦੋਸ਼ ਲਗਾਇਆ ਸੀ ਕਿ ਉਕਤ ਕੰਪਨੀ ਪ੍ਰਾਈਵੇਟ ਲਿਮਿਟਿਡ ਅਤੇ ਸਾਂਝੀ ਫਰਮ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਦੇਖੋ ਗੱਲ ਇਹ, ਅੱਜ ਵਰਲਡ ਇਨਵਾਇਰਮੈਂਟ ਡੇ ਹੈ ਔਰ ਉਹਦੇ 'ਚ ਮੁੱਖ ਮੰਤਰੀ ਜੀ ਦੀ ਸੋਚ ਇਹ ਬਣੀ, ਸਾਰੇ ਸਾਥੀਆਂ ਨਾਲ ਬੈਠ ਕੇ ਫੈਸਲਾ ਕੀਤਾ ਕਿ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਇਆ ਜਾਵੇ ਔਰ 12 ਡਿਪਾਰਟਮੈਂਟ ਪੰਜਾਬ ਦੇ ਜਿਹੜੇ ਇਹ ਸਰਕਾਰ ਦੇ ਜਿਹੜੇ ਇਸ ਕੰਮ ਨਾਲ ਜੁੜ ਸਕਦੇ ਆ ਜਿਨ੍ਹਾਂ ਦੇ ਰਾਹੀਂ ਅੱਛੀ ਸਿਹਤ ਪ੍ਰੋਵਾਈਡ ਹੋ ਸਕਦੀ ਹੈ ਔਰ ਪ੍ਰਿਵੈਂਟਿਵ ਕੰਮ ਹੋ ਸਕਦਾ, ਉਹ 12 ਡਿਪਾਰਟਮੈਂਟਾਂ ਨੂੰ ਜੋੜ ਕੇ ਨਾਲ ਅੱਜ ਇੱਕ ਅਨਾਊਂਸਮੈਂਟ ਇਹ ਕੀਤੀ ਔਰ ਸਾਰੇ ਪੰਜਾਬ ਦੇ ਵਿੱਚ ਅੱਜ ਦਿਨ ਮਨਾਇਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਅੱਛੇ ਐਡਮਿਨਿਸਟ੍ਰੇਟਰ ਦੀ, ਇੱਕ ਅੱਛੇ ਲੀਡਰ ਦੀ ਸੋਚ ਹੈ, ਇੱਕ ਅੱਛੇ ਸਟੇਟਮੈਨ ਦੀ ਸੋਚ ਹੈ ਕਿ ਮੈਂ ਆਪਣੇ ਪੰਜਾਬ ਨੂੰ, ਆਪਣੇ ਸੂਬੇ ਨੂੰ ਤੰਦਰੁਸਤ ਰੱਖਾਂ ਔਰ ਤੰਦਰੁਸਤ ਰੱਖਣ ਲਈ ਕੀ ਉਪਰਾਲੇ ਕਰਨੇ ਆ ਉਹਦੇ 'ਚ ਆਪਣੇ ਇਸੇ ਕਰਕੇ 12 ਡਿਪਾਰਟਮੈਂਟ ਜੋੜੇ ਵੀ ਇਹ ਸਾਰੇ ਰਲ ਮਿਲ ਕੇ ਕੋਆਰਡੀਨੇਟਡ ਐਫਰਟ 'ਚ ਔਰ ਇੱਕ ਪੂਰਾ ਜਿਹੜਾ ਹੈ ਇਹਨੂੰ ਠੀਕ ਕੀਤਾ ਜਾਏ ਪੰਜਾਬ ਦੀ ਸਿਹਤ। ਲੁਧਿਆਣਾ ਤੋਂ MLA ਸਿਮਰਨ ਸਿੰਘ ਬੈਂਸ ਨੇ ਉਹਨਾਂ ਨੇ ਇਲਜ਼ਾਮ ਲਗਾਇਆ ਤੁਹਾਡੇ ਤੇ, ਆਪਾਂ ਅੱਜ ਤੱਕ ਕਰ ਲਈ ਪਹਿਲਾਂ ਉਹ ਤਾਂ ਜਿਹੜੀ ਜੁਗੀ ਹੈ ਉਹ ਕਹਿੰਦੇ ਵੀ ਲੁਧਿਆਣਾ ਦਵਾਈਆਂ ਸਪਲਾਈ ਹੋ ਰਹੀ ਨਹੀਂ ਕਰਕੇ ਕਰ ਲਓ ਜੁਗੀ ਕੋਟੀ ਕੰਪਨੀ ਦੇ ਹੋ ਰਹੀਆਂ ਨੇ, ਮੈਨੂੰ ਸੀਬੀ ਜਾਂਚ ਕਰਾਈ ਜਾਵੇ। ਦੇਖੋ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਆਪਾਂ ਮੈਂ 8 ਇਲੈਕਸ਼ਨ ਲੜੀਆਂ ਔਰ ਮੈਂ 40 ਸਾਲ ਦੇ ਵਿੱਚ ਮੇਰਾ ਅਨਬਲੈਮਿਸ਼ ਰਿਕਾਰਡ ਹੈ ਔਰ ਜਿਹੜਾ ਸਿਮਰਜੀਤ ਭਾਈ ਸਾਹਿਬ ਕਹਿ ਰਹੇ ਨੇ ਗੱਲ ਵੀ ਮੇਰੀ ਕੋਈ ਕੰਪਨੀ ਹੈ, ਇਹ ਜਿਹੜੀ ਕੰਪਨੀ ਦਾ ਉਹਨਾਂ ਨੇ ਨਾਮ ਲਿੱਤਾ ਹੈ, ਇਹ ਕੰਪਨੀ ਪਿਛਲੇ 5 ਸਾਲ ਤੋਂ ਇੱਥੇ ਕੰਮ ਕਰ ਰਹੀ ਹੈ, ਸਰਕਾਰ ਦੇ ਜਿਹੜੇ ਡਰੱਗ ਡਿਟੈਕਸ਼ਨ ਸੈਂਟਰ ਹੈ ਉਸ ਕੰਪਨੀ ਦੇ ਆਪਣੇ ਸੈਂਟਰ ਵੀ, ਉੱਥੇ ਹੋਰ ਦਵਾਈਆਂ ਵੀ ਕੰਪਨੀਆਂ ਦੀਆਂ ਮਿਲਦੀਆਂ। ਇਹ ਕੰਪਨੀ 2003 ਤੋਂ ਬਣੀ, ਜਦ ਕੱਲ੍ਹ ਇਹਨਾਂ ਨੇ ਬੋਲਿਆ ਮੈਂ ਉਸ ਤੋਂ ਬਾਅਦ ਕੰਪਨੀ ਦਾ ਰਿਕਾਰਡ ਕਢਾਇਆ, ਕੰਪਨੀ ਦਾ ਰਿਕਾਰਡ ਕਢਾ ਕੇ ਦੇਖਿਆ ਵੀ ਉਹ ਤਾਂ ਇੱਕ ਪਾਰਟਨਰਸ਼ਿਪ ਫਰਮ ਹੈ, ਇੱਕ ਉਹਨਾਂ ਦੀ ਪ੍ਰਾਈਵੇਟ ਲਿਮਿਟਿਡ ਫਰਮ ਹੈ। ਅੱਜ ਕੱਲ੍ਹ ਸਾਰਾ ਕੁਝ ਨੈੱਟ 'ਤੇ ਹੈਗਾ, ਜੇ ਤੁਸੀਂ ਵੀ ਨੈੱਟ ਖੋਲ੍ਹ ਕੇ ਦੇਖ ਲੈਣਾ ਵੀ ਉਹਦੇ 'ਚ ਕਿਹਦਾ ਨਾਂ ਹੈ। ਮੇਰੀ ਤਾਂ ਕੋਈ ਕੰਪਨੀ ਹੈ ਨਹੀਂ ਹੈ, ਮੇਰੇ ਆਉਣ ਮੈਂ 17 ਸਟੇਕ ਓਵਰ ਕੀਤਾ, ਮੇਰੇ ਆਉਣ ਤੋਂ ਪਹਿਲਾਂ ਕੰਮ ਚੱਲ ਰਿਹਾ, ਸੋ ਨਾ ਹੀ ਕੋਈ ਐਸੀ ਸੋਚ ਹੈਗੀ ਹੈ। ਮੈਂ ਜੀ ਉਹਨਾਂ ਨੇ ਕੋਈ ਗੱਲ ਕੀਤੀ ਹੈ, ਮੈਂ ਇੱਕ ਗੱਲ ਸਾਂਝੀ ਕਰਨੀ ਚਾਹੂੰਗਾ ਤੁਹਾਡੇ ਰਾਹੀਂ ਕਿ ਜਿਹੜੀ ਫਾਰਮਾਸਿਊਟੀਕਲ ਕੰਪਨੀ ਹੈ, ਦਵਾਈਆਂ ਦੀਆਂ ਕੰਪਨੀਆਂ 'ਚ ਆਪਸ ਬਿਜ਼ਨਸ ਕਰਕੇ ਹੋੜ ਲੱਗੀ ਰਹਿੰਦੀ ਹੈ, ਉਸ ਹੋੜ ਦੇ ਵਿੱਚ ਇੱਕ ਦੂਜੇ ਨੂੰ ਉਹ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕਰਦੀਆਂ। ਮੈਨੂੰ ਨਹੀਂ ਪਤਾ ਹੁਣ ਬੈਂਸ ਭਾਈ ਸਾਹਿਬ ਨੂੰ ਕਿਹੜੀ ਕੰਪਨੀ ਨੇ ਹਾਇਰ ਕਰਕੇ ਉਹਨਾਂ ਕੋਲੋਂ ਇੱਕ ਹੋਰ ਕੰਪਨੀ ਦੇ ਖਿਲਾਫ਼ ਕਾਰਵਾਈ ਕਰਾਈ ਹੈ, ਜਿਹੜੀ ਗੱਲ ਉਹਨਾਂ ਨੇ ਕਹੀ ਹੈ। ਮੈਂ ਉਹਨਾਂ ਨੂੰ ਚੈਲੰਜ ਕਰਦਾ ਇਸ ਗੱਲ 'ਤੇ ਕਿ ਉਹ ਸਾਬਤ ਕਰਨ, ਉਹ CBI ਇੰਕੁਆਇਰੀ ਤਾਂ ਮੰਗਦੇ ਨੇ ਪਰ ਪਹਿਲੇ 15 ਦਿਨਾਂ 'ਚ ਉਹ ਸਾਬਤ ਕਰਨ ਕਿ ਮੈਂ ਕਿਸੇ ਤਰ੍ਹਾਂ ਉਸ ਕੰਪਨੀ ਨਾਲ ਮੈਂ ਜੁੜਿਆ ਹੋਇਆ। ਹਾਂਜੀ, ਮੈਂ ਹਰੇਕ ਤਰ੍ਹਾਂ ਦੀ ਇੰਕੁਆਇਰੀ ਲਈ ਓਪਨ ਹੈ, ਭਾਵੇਂ CBI ਤੋਂ ਕਰਾਉਣ, ਅਮਰੀਕਾ ਦੀ CIA ਤੋਂ ਕਰਾਉਣ, ਰੂਸ ਦੀ KGB ਤੋਂ ਕਰਾ ਲੈਣ, ਆਪ ਕਰ ਲੈਣ, ਪਰ 15 ਦਿਨਾਂ ਦੇ ਅੰਦਰ ਅੰਦਰ ਮੈਨੂੰ ਇਸ ਗੱਲ ਨੂੰ ਕਹਿਣ, ਜਿਹੜਾ ਉਹਨਾਂ ਨੇ ਕਿਹਾ ਕਿ ਉਹ ਕੰਪਨੀ ਮੇਰੀ ਕੰਪਨੀ ਹੈ, ਮੈਂ ਚੈਲੰਜ ਕਰਦੇ ਹਾਂ ਔਰ ਮੈਂ ਜੇ ਗੱਲ ਨਹੀਂ 15 ਦਿਨਾਂ 'ਚ ਸਾਬਤ ਕਰਨਗੇ, ਆਈ ਐਮ ਟੇਕਿੰਗ ਹਿਮ ਟੂ ਦੀ ਕੋਰਟ ਫਾਰ ਦੀ ਡੈਫਾਮੇਸ਼ਨ ਕੇਸ। ਲੁਧਿਆਣਾ ਦੇਖੋ ਗੱਲ ਇਹ, ਪੰਜਾਬ ਸਾਰਾ ਹੀ ਆਪਾਂ ਠੀਕ ਕਰਨਾ, ਸਾਰੇ ਸੂਬੇ ਦੇ ਸਾਰੇ ਵੱਡੇ ਸ਼ਹਿਰ ਇੰਡਸਟਰੀਅਲ ਟਾਊਨ ਹੈ। ਹੁਣ ਇੱਕ ਅੱਜ ਉਪਰਾਲਾ ਹੋਇਆ, ਐਪਰੀਸ਼ੀਏਟ ਕਰੋ ਇਸ ਗੱਲ ਨੂੰ, ਇੱਕ ਸੋਚ ਬਣੀ ਹੈ, ਇੱਕ ਦਿਸ਼ਾ ਸੈੱਟ ਹੋਈ ਹੈ ਕਿ ਅਸੀਂ ਆਪਣੇ ਸ਼ਹਿਰ ਠੀਕ ਕਰਨੇ ਹੈ, ਆਪਣੇ ਪਿੰਡ ਠੀਕ ਕਰਨੇ ਆ, ਉਹ ਦਿਸ਼ਾ ਜਿਹੜੀ ਸੈੱਟ ਹੋਈ ਹੈ ਉਹਨੂੰ ਸ਼ੁਰੂ ਹੋਣ ਦਿਓ, ਉਹ ਸ਼ੁਰੂ ਹੋਣ 'ਚ ਤੁਸੀਂ ਦੇਖਿਓ ਵਾਤਾਵਰਨ ਸੁਧਾਰ ਆਉਣਾ ਸ਼ੁਰੂ ਹੋਊਗਾ। ਹੁਣ ਅਸੀਂ ਉਹ ਇਸ਼ੂ ਇਹ ਹੈ ਜੀ, ਜਿਹੜੇ ਬੈਂਸ ਸਾਹਿਬ ਨੇ ਗੱਲ ਕਹੀ ਹੈ ਉਹ 2016 ਦੇ ਵਿੱਚ ਵੀ ਇੱਕ ਈਮੇਲ ਇਹ ਪਾਈ ਗਈ ਹੈਲਥ ਡਿਪਾਰਟਮੈਂਟ ਨੂੰ। ਇਹ ਇੱਕ ਮੈਨੂੰ ਲੱਗਦਾ ਇਹ ਕੰਪਨੀਆਂ ਦੀ ਜਿਹੜੀ ਫਾਰਮਾਸਿਊਟੀਕਲ ਕੰਪਨੀਆਂ ਦੀ ਵਾਰ ਹੈ, ਉਸ ਵਾਰ 'ਚ ਇਹੀ ਈਮੇਲ 'ਚ ਵੀ ਪਿਛਲੇ ਮੰਤਰੀ ਜੀ ਦਾ ਨਾਂ ਸੀ, ਉਸ ਵੇਲੇ ਦੇ ਡਾਇਰੈਕਟਰ ਦਾ ਸੀ, ਉਸ ਵੇਲੇ ਇਹ ਜਿਹੜਾ ਅਨਿਲ ਧੂਰੀਆ ਕਲਰਕ ਹੈ, ਇੱਕ ਜਿਹਨੂੰ ਸਟੇਟ ਕੋਆਰਡੀਨੇਟਰ ਕਹਿ ਰਹੇ ਨੇ, ਹੀ ਇਜ਼ ਏ ਕਲਰਕ। ਕਲਰਕਾਂ ਦੀ ਵੀ ਆਪਸ 'ਚ ਉੱਥੇ ਯੂਨੀਅਨ ਨੇ, ਯੂਨੀਅਨਬਾਜ਼ੀ 'ਚ ਵੀ ਬੜੀ ਵਰਟੀਕਲ ਸਪਲਿਟ ਚੱਲ ਰਹੀ ਹੈ। ਇਹ 2016 'ਚ ਈਮੇਲ ਆਈ ਪਿਛਲੀ ਸਰਕਾਰ ਵੇਲੇ, ਇਹਦੀ ਮੈਂ ਕਾਪੀ ਕਢਾਈ ਹੈ, ਉਹਦੇ 'ਤੇ ਇਹੀ ਸੇਮ ਕੰਪਲੇਂਟ ਸੀਗੀ। ਹੁਣ 2018 'ਚ ਇਹ ਕੰਪਲੇਂਟ ਆਈ,
ਦੋਨਾਂ ਮੇਲ ਦੇ ਵਿੱਚ ਚੇਂਜ ਕੀ ਹੈ? ਲੈਂਗੁਏਜ ਸੇਮ, ਇੱਕ ਇੱਕ ਵਰਡ ਸੇਮ ਹੈ, ਪਰ ਨਾਮ ਬਦਲੇ ਹੋਏ ਨੇ, ਨਾਮ ਬਦਲੇ ਹੋਏ ਨੇ। ਮਿਨਿਸਟਰ ਦਾ ਨਾਮ ਚੇਂਜ ਹੋਇਆ, ਪੀ ਏ ਦਾ ਨਾਮ ਚੇਂਜ ਹੋਇਆ, ਕਲਰਕ ਦਾ ਨਾਮ ਚੇਂਜ ਹੋਇਆ, ਪਰ ਬਿਲਕੁਲ ਇੱਕ ਇਹ ਮੈਂ ਸ਼੍ਰੀ ਨਾਲ ਨਿਹਾਲ ਸਿੰਘ ਜਿਹੜੇ ਸਾਡੇ ਆਈ ਜੀ ਸਾਈਬਰ ਕ੍ਰਾਈਮ ਦੇ ਨੇ, ਮੈਂ ਉਹਨਾਂ ਨੂੰ ਇਹ ਦੇ ਚੁੱਕਾ ਕੰਪਲੇਂਟ ਕਿ ਇਹ ਇਹਦਾ ਓਰੀਜਨ ਲੱਭਿਆ ਜਾਏ, ਇਸ ਜਿਹੜੀ ਮੇ ਜਿੱਥੋਂ ਜੋ ਆਈ ਹੈ ਔਰ ਇਹ ਇਹਦੇ ਤੋਂ ਸਾਨੂੰ ਪਤਾ ਲੱਗੇ ਕਿ ਸੋਰਸ ਕੀ ਹੈ, ਔਰ ਕਲੀਅਰ ਹੋ ਕੇ ਗੱਲ ਸਾਹਮਣੇ ਖੁੱਲ੍ਹ ਕੇ ਗੱਲ ਆਏਗੀ ਕਿ ਬੈਂਸ ਸਾਹਿਬ ਕੀ ਕਹਿਣਾ ਚਾਹੁੰਦੇ ਹੈ। ਲੁਧਿਆਣੇ ਦੇ ਸਾਰੇ ਲੋਕ ਜਾਣਦੇ ਹੈ ਕਿ ਬੈਂਸ ਸਾਹਿਬ ਦਾ ਕੀ ਕਿਰਦਾਰ ਹੈ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਕੀ ਉਹਨਾਂ ਦੀ ਸੋਚ ਹੈਗੀ ਹੈ, ਕਿਸ ਤਰ੍ਹਾਂ ਦੇ ਉਹਦੇ ਕਿਸ ਤਰ੍ਹਾਂ ਦੀ ਉਹ ਰਾਜਨੀਤੀ ਕਰਦੇ ਨੇ। ਸੋ ਮੈਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ। ਇਹ ਹੈਲਥ ਮਿਨਿਸਟਰੀ ਦੀ ਮੇਲ 'ਤੇ ਆ ਰਹੀ ਹੈ ਜੀ। ਪੈਂਡਿੰਗ ਹੈ, ਸਾਰੀ ਇੰਕੁਆਇਰੀ ਚੱਲ ਰਹੀ ਹੈ। ਇੰਟੈਲੀਜੈਂਸ ਦੀ ਰਿਪੋਰਟ ਸੀਗੀ ਥੋੜ੍ਹੀ ਜਿਹੀ, ਇਹ ਇਹਦੇ 'ਤੇ ਪੰਜ ਚਾਰ ਹੋਸਪਿਟਲ ਦੀ ਸਟੱਡੀ ਉਹਨਾਂ ਨੇ ਕੀਤੀ ਸੀ। ਉਹ ਸਟੱਡੀ ਦੇ ਵਿੱਚ ਅਸੀਂ ਵੀ ਸੋਚਿਆ ਸੀਗਾ, ਅਸੀਂ ਚਾਹੁੰਦਾ ਸੀ ਕੋਈ ਇਹੋ ਜਿਹੀ ਇੱਕ ਸਟੱਡੀ ਹੋ ਜਾਏ ਔਰ ਉਹਦੀ ਪੂਰੀ ਜਿਸ ਵੇਲੇ ਸਾਡੇ ਕੋਲ ਇੰਕੁਆਇਰੀ ਰਿਪੋਰਟ ਆ ਜਾਏਗੀ, ਵਿਲ ਟੇਕ ਐਕਸ਼ਨ। ਨਹੀਂ ਜੀ, ਡਾਕਟਰ ਸਾਹਿਬ ਨੂੰ ਤਾਂ ਸਸਪੈਂਡ ਕੀਤਾ ਹੋਇਆ, ਹੀ ਇਜ਼ ਆਲਰੇਡੀ ਸਸਪੈਂਡਡ, ਹੀ ਇਜ਼ ਨਾਟ ਪੋਸਟਡ ਐਨੀਵੇਅਰ। ਤੁਹਾਨੂੰ ਕੋਈ ਗਲਤੀ ਲੱਗ ਰਹੀ ਹੈ? ਉਹਦਾ ਟਾਰਗੇਟ ਪੂਰਾ ਹੋਊਗਾ ਜੀ, ਅਸੀਂ ਬੜੇ ਉਹਦੇ ਨਾਲ ਅੱਗੇ ਵੱਧ ਰਹੇ ਹਾਂ। ਮੇਰਾ ਖਿਆਲ ਹੈ 65% ਤੋਂ ਉੱਪਰ ਹੋ ਚੁੱਕੀ ਹੈ ਸਾਡਾ, 48% 48 ਲੱਖ ਹੋ ਚੁੱਕੀ ਹੈ ਔਰ 48,55,000 ਹੋ ਚੁੱਕੀ ਹੈ। ਸਾਡਾ ਟੋਟਲ ਟਾਰਗੇਟ ਜਿਹੜਾ ਹੈਗਾ 73 ਲੱਖ ਦੇ ਕਰੀਬ ਬੱਚਿਆਂ ਨੂੰ ਅਸੀਂ ਵੇਖ। ਅੱਜ ਬ੍ਰਹਮਿੰਦਰਾ ਜੀ ਲੁਧਿਆਣੇ ਆਏ, ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਉੱਥੇ ਪ੍ਰੈਸ ਨੇ ਬ੍ਰਹਮਿੰਦਰਾ ਜੀ ਨੂੰ ਸਵਾਲ ਕੀਤਾ ਮੇਰੇ ਵੱਲੋਂ ਕਿ ਤੁਹਾਡੀ ਸ਼ਿਕਾਇਤ ਸਿਮਰਜੀਤ ਬੈਂਸ ਨੇ CBI ਤੇ ਮੁੱਖ ਮੰਤਰੀ ਨੂੰ ਕੀਤੀ ਹੈ, ਤੇ ਬ੍ਰਹਮਿੰਦਰਾ ਜੀ ਦਾ ਜਵਾਬ ਕੀ? ਉਹ ਕਹਿੰਦੇ ਵੀ ਬੈਂਸ 15 ਦਿਨਾਂ ਦੇ ਵਿੱਚ ਸਾਬਤ ਕਰੇ ਵੀ ਇਹ ਕੰਪਨੀ ਮੇਰੀ ਹੈ, ਨਹੀਂ ਮੈਂ ਸਿਮਰਜੀਤ ਬੈਂਸ ਦੇ ਉੱਤੇ ਡੈਫਾਮੇਸ਼ਨ ਕਰੂੰਗਾ ਮਾਣਹਾਨੀ ਦਾ ਕੇਸ। ਸੋ ਪਹਿਲਾ ਨੰਬਰ, ਇਹ ਜਿਹੜੇ ਉਹ ਚੌਦਿਆਂ ਤੇ ਬੈਠੇ ਲੋਕ ਆ, ਕਦੇ ਆਪਣੇ ਨਾਮ ਤੇ ਕੰਪਨੀਆਂ ਨਹੀਂ ਚਲਾਉਂਦੇ? ਬਾਦਲਾ ਨੇ ਕਿਹੜਾ ਕੋਈ ਆਪਣੇ ਨਾਮ ਦੇ ਉੱਤੇ ਐਡਾ ਵੱਡਾ, ਉਹਨਾਂ ਨੇ 10 ਸਾਲਾਂ ਦੇ ਵਿੱਚ ਮਾਫੀਆ ਰਨ ਕੀਤਾ ਆਪਣੇ ਨਾਮ ਤੇ? ਸੋ ਜਿਹੜਾ ਵੀ ਕੋਈ ਬੇਈਮਾਨ ਆਪਣੇ ਨਾਮ ਤੇ ਨਹੀਂ, ਮੇਰੇ ਕੋਲ ਪੁਖਤਾ ਸਬੂਤ ਪ੍ਰੂਫ ਨੇ, ਮੈਂ ਪ੍ਰੈਸ ਨੂੰ ਜਾਂ ਮੰਤਰੀ ਜੀ ਨੂੰ ਨਹੀਂ ਦਊਂਗਾ। CBI ਜਾਂਚ ਏਜੰਸੀ ਜਾਂਚ ਕਰੇਗੀ, ਮੈਂ ਇਕੱਲੀ ਸਬੂਤ ਪ੍ਰੂਫ ਦਿਆਂਗਾ, ਮੇਰੇ ਕੋਲ ਆਡੀਓ ਰਿਕਾਰਡਿੰਗ ਤੱਕ ਪਈਆਂ ਨੇ। ਤੇ ਦੂਸਰਾ ਨੰਬਰ, ਮੰਤਰੀ ਜੀ ਦਾ ਜਵਾਬ ਵੀ ਮੈਂ ਸਿਮਰਜੀਤ ਬੈਂਸ ਦੇ ਉੱਤੇ ਡੈਫਾਮੇਸ਼ਨ ਕਰ ਦੇਣੀ ਆ ਮਾਣਹਾਨੀ। ਦੋਸਤੋ, ਮੈਂ ਤਾਂ ਇਹਨਾਂ ਦੀਆਂ FIR ਤੋਂ ਨਹੀਂ ਕਦੇ ਡਰਿਆ। ਬਾਦਲਾਂ ਨੇ 5 ਸਾਲਾਂ ਦੇ ਅਰਸੇ ਦੇ ਵਿੱਚ 12-13 FIR ਦਿੱਤੀਆਂ। ਕੈਪਟਨ ਅਮਰਿੰਦਰ ਸਿੰਘ ਨੇ ਜੁੰਮੇ 14 ਮਹੀਨਿਆਂ ਦੀ ਸਰਕਾਰ ਦੇ ਵਿੱਚ 2 ਝੂਠੀਆਂ FIR ਦੇ ਦਿੱਤੀਆਂ, ਅਤੇ ਮੈਂ ਕਦੇ FIR ਦੀ ਪਰਵਾਹ ਨਹੀਂ ਕੀਤੀ। ਬ੍ਰਹਮਿੰਦਰਾ ਜੀ, ਤੁਹਾਡਾ ਜਿਹੜਾ ਡੈਫਾਮੇਸ਼ਨ ਦੀ ਧਮਕੀ ਹੈ, ਇਹ ਧਮਕੀ ਦਾ ਮੇਰੇ 'ਤੇ ਕੋਈ ਅਸਰ ਹੋਣ ਵਾਲਾ ਨਹੀਂ ਗਾ। ਸੱਚਾਈ ਜਿਹੜੀ ਆ ਉਹ ਸਾਹਮਣੇ ਆ ਕੇ ਰਹੇਗੀ। ਜਾਂਚ ਏਜੰਸੀ CBI ਨੂੰ ਇਹ ਗੱਲ ਕਹੋ ਜਾ ਕੇ ਕਿ ਮੈਂ ਮਾਲਕ ਨਹੀਂ ਹੈਗਾ, ਉੱਥੇ ਸਾਬਤ ਕਰੋ, ਮੈਂ ਉੱਥੇ ਸਾਬਤ ਕਰੂੰਗਾ ਵੀ ਤੁਹਾਡੀ ਮਾਲਕੀ ਕਿਵੇਂ ਬਣਦੀ ਹੈ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।